ਅਸਲਾਮੁਅਲੈਕੁਮ ਵ ਰਹਿਮਤੁਲਾਹੀ ਵ ਬਰਕਤੋ ਮੇਰੇ ਤਮਾਮ ਜ਼ਿਮੇਂਦਾਰ ਦੋਸਤ ਬਿਰਾਜ ਜਿਤਨੇ ਵੀ ਆਏ ਹਨ ਤਮਾਮ ਦੋਸਤ ਖੈਰੀਤ ਨਾਲ ਹੋਸਨ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ ਹੈ ਜੀ ਸੁਪਰ ਨੈਪੀਅਰ ਦੇ ਬਾਰੇ ਚ ਤੁਹਾਨੂੰ ਪਤਾ ਹੈ ਕਿ ਸੁਪਰ ਨੈਪੀਅਰ ਇੱਕ ਬਹੁਤ ਹੀ ਬਿਹਤਰੀਨ ਚਾਰਾ ਹੈ ਜਿਦੇ ਵਿੱਚ 18 ਫੀਸਦ ਪ੍ਰੋਟੀਨ ਹੈ ਔਰ ਜਾਨਵਰ ਦੁੱਧ ਦੇਣ ਵਾਲੇ ਜਿਹੜੇ ਜਾਨਵਰ ਹਨ ਜਾਂ ਗੋਸ਼ਟ ਵਾਲੇ ਜਾਨਵਰ ਜਿਹੜੇ ਹਨ ਉਹਨਾਂ ਵਾਸਤੇ ਬਹੁਤ ਹੀ ਮਫੀਦ ਹੈ ਪਾਕਿਸਤਾਨ ਵਿੱਚ ਚਾਰਾ ਤਕਰੀਬਨ ਹਲੇ ਤੱਕ ਇਤਨਾ ਜ਼ਿਆਦਾ ਇਸ ਦੀ ਜਿਹੜੀ ਹੈ ਉਗਾਈ ਜਿਹੜੀ ਉਹ ਨਹੀਂ ਹੈ ਲੇਕਿਨ ਹੁਣ ਆਸਤਾ ਆਸਤਾ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲ ਰਿਹਾ ਹੈ ਲੋਕ ਤੇਜ਼ੀ ਨਾਲ ਕੰਮ ਕਰ ਰਹੇ ਹਨ ਇਸ ਤੋਂ ਪਹਿਲੇ ਤੁਹਾਨੂੰ ਪਤਾ ਹੈ ਕੁਝ ਐਸੇ ਚਾਰੇ ਹਨ ਜਿਨ੍ਹਾਂ ਦੇ ਵਿੱਚ ਕਾਫੀ ਕੰਜ ਕਾਠ ਵਗੈਰਾ ਮੌਜੂਦ ਹੁੰਦੀ ਹੈ ਲੇਕਿਨ ਜਾਨਵਰ ਤਾਂ ਸ਼ੌਕ ਨਾਲ ਖਾਂਦੇ ਹਨ ਲੇਕਿਨ ਲੋਕ ਬੜੇ ਪਰੇਸ਼ਾਨ ਹਨ ਕਿ ਇਹਨਾਂ ਵਿੱਚ ਕੰਜ ਕਾਠ ਬਹੁਤ ਜ਼ਿਆਦਾ ਹੈ لیکن ਇਹ ਜਿਹੜਾ ਚਾਰਾ ਹੈ ਬਹੁਤ ਹੀ ਨਰਮੋ ਮੁਲਾਇਮ ਚਾਰਾ ਹੈ ਔਰ ਇਸ ਦੀ ਜਿਹੜੀ ਹੈ ਗਰੋਥ ਵੀ ਬੜੀ ਬਿਹਤਰੀਨ ਹੈ ਜਰਮੀਨੇਸ਼ਨ ਬੜੀ ਬਿਹਤਰੀਨ ਇਸ ਦੀ ਹੋ ਰਹੀ ਹੈ ਤੇ ਦੋਸਤੋ ਇਹ ਚਾਰਾ ਇੱਕ ਸਾਲ ਦੇ ਵਿੱਚ ਪੰਜ ਕਟਾਈਆਂ ਦੇ ਦਿੰਦਾ ਹੈ ਇਹ ਤੁਹਾਨੂੰ ਨਜ਼ਰ ਆ ਰਹੀ ਜਿਸ ਤਰ੍ਹਾਂ ਫੋਰਟ ਇਸਨੇ ਕੱਢ ਲਈ ਹੈ ਔਰ ਇਹਦਾ ਲਾਂਦ ਦਾ ਤਰੀਕਾ ਕਰ ਰਹੀ ਹੈ ਕੁਝ ਲੋਕ مختلف ਕਿਸਮ ਦੇ ਤਰੀਕੇ ਨਾਲ ਲਾਂਦੇ ਨੇ ਔਰ ਦੋਵੇਂ ਤਰੀਕੇ ਹੀ ਠੀਕ ਹੈ ਦੋਵੇਂ ਹੁਣ ਤਰੀਕੇ ਕਿਹੜੇ ਆਣੋ ਇਹ ਤੁਹਾਨੂੰ ਦੱਸ ਦਈਏ ਦੋਵੇਂ ਤਰੀਕੇ ਜਨਾਬ ਇਹ ਹਨ ਇੱਕ ਅਗਰ ਕਲਮ ਹੈ ਇੱਕ ਕਲਮ ਜਿਹੜੀ ਹੈ ਉਸ ਨੂੰ ਅਗਰ ਤੁਸੀਂ ਦੋ ਹਿੱਸਿਆਂ ਵਿੱਚ ਡਿਵਾਈਡ ਕਰਦੇ ਉਹਦੀਆਂ ਦੋ ਅੱਖਾਂ ਹਨ ਅਗਰ ਦੋ ਅੱਖਾਂ ਵਾਲੀ ਕਲਮ ਤੁਸੀਂ ਲਾਉਂਦੇ ਹੋ ਤੇ ਉਹ ਵੀ ਠੀਕ ਹੈ ਅਗਰ ਇੱਕ ਅੱਖ ਵਾਲੀ ਕਲਮ ਲਾਉਂਦੇ ਹੋ ਤਾਂ ਉਹ ਵੀ ਠੀਕ ਹੈ ਇੱਕ ਅੱਖ ਵਾਲੀ ਕਲਮ ਦੇ ਵਿੱਚ ਅਕਸਰ ਕੋਈ ਨਾ ਕੋਈ ਕਲਮ ਮਰ ਜਾਂਦੀ ਹੈ ਜਿੱਦੀ وجہ ਤੋਂ ਫਿਰ ਫਾਸਲਾ ਹੁੰਦਾ ਲੇਕਿਨ ਦੋ ਅੱਖਾਂ ਵਾਲੀ ਕਲਮ ਇਦਾਂ ਇਹ ਫਾਇਦਾ ਹੁੰਦਾ ਹੈ ਕਿ ਇੱਕ ਨਾ ਇੱਕ ਸਾਈਡ لازਮੀ ਇਸਦੀ ਉਹ ਗੰਦੀ ਹੈ ਦੋਸਤੋ ਇਸ ਦੇ ਬਾਰੇ ਵਿੱਚ ਮਜ਼ੀਦ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਕਰਦੇ ਆ ਕਿ ਸਾਡੇ YouTube ਚੈਨਲ Desi Life Desi Fun ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਮਜ਼ੀਦ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਬਰ ਵਕਤ ਮਿਲਦਾ ਰਹੇ ਦੋਸਤੋ ਇਹ ਚੈਨਲ ਤੇ ਵੀਡੀਓ ਪਹਿਲੇ ਵੀ ਮੈਂ ਲਾਈ ਹੈ ਜਿੱਦੇ ਵਿੱਚ ਕਾਫੀ ਲੋਕਾਂ ਦੇ ਕੁਝ ਸਵਾਲ ਆਣ ਜਿਹੜੇ ਰਹਿ ਗਏ ਹਨ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਅੱਜ ਇਸੇ ਵੀਡੀਓ ਦੇ ਵਿੱਚ ਦੇ ਰਹੇ ਹਾਂ ਕੁਝ ਲੋਕਾਂ ਨੇ ਪੁੱਛਿਆ ਕਿ ਇਸ ਕਲਮ ਦਾ ਰੇਟ ਕੀ ਹੈ ਇਸ ਕਲਮ ਦਾ ਰੇਟ ਮੁxtਲਫ ਹੈ ਮੁxtਲਫ ਟਾਈਮ ਚ ਮੁxtਲਫ ਹੁੰਦਾ ਹੈ ਜਿਸ ਤਰ੍ਹਾਂ ਕਿ ਅਗਰ ਕਿਸੇ ਕੋਲ ਜ਼ਿਆਦਾ ਹੈ ਕਿਸੇ ਕੋਲ ਕਮ ਹੈ ਇਹਦਾ ਰੇਟ ਤਕਰੀਬਨ 5 6 6.5 ਤੋਂ 7 ਰੁਪਏ ਤੱਕ ਵੀ ਜਾਂਦਾ ਹੈ ਜਿਹੜਾ ਇਹ ਤੁਹਾਨੂੰ ਨਜ਼ਰ ਆ ਰਿਹਾ ਹੈ ਕਲਮਾ ਜਿਸ ਤਰਤੀਬ ਦੀਆਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਇਹ ਨਹੀਂ ਤੁਸੀਂ ਸਮਝੋ ਕਿ ਇਸੇ ਤਰਤੀਬ ਨਾਲ ਅਸੀਂ ਲਾ ਸਕਦੇ ਹਾਂ ਦੋਸਤੋ ਇਸ ਤਰਤੀਬ ਤੋਂ ਇਲਾਵਾ ਤੁਸੀਂ ਪਲੇਨ ਜ਼ਮੀਨ ਦੇ ਵਿੱਚ ਵੀ ਲਾ ਸਕਦੇ ਹੋ ਪਲੇਨ ਜ਼ਮੀਨ ਦੇ ਵਿੱਚ ਵੀ ਇਹਨਾਂ ਦੀ ਗ੍ਰੋਥਿੰਗ ਚੰਗੀ ਹੋ ਜਾਂਦੀ ਬਿਹਤਰੀਨ ਹੋ ਜਾਂਦੀ ਲੇਕਿਨ ਕੋਸ਼ਿਸ਼ ਕਰੋ ਕਿ ਤੁਸੀਂ ਇਸ ਤਰਤੀਬ ਨਾਲ ਹੀ ਲਾ ਲਓ ਕਿਉਂਕਿ ਫਿਲਹਾਲ ਤਸੀ ਇਸ ਦਾ ਜਿਹੜਾ ਹੈ ਇਹ ਤਰੀਕਾਕਾਰ ਇਸ ਤਰੀਕੇ ਨਾਲ ਇਸ ਨੂੰ ਲਾਇਆ ਹੈ ਤੇ ਇਹ ਤਕਰੀਬਨ ਲਾਨ ਦਾ ਤਰੀਕਾ ਵੀ ਤੁਹਾਨੂੰ ਇੱਕ ਮਜ਼ੀਦ ਦੇ ਦੇ ਵਿੱਚ ਆਸਾਨ ਕਰ ਦਈਏ ਹਮੇਸ਼ਾ ਕਮ ਇਹ ਕਰਨਾ ਹੈ ਕਿ ਜਦੋਂ ਵੀ ਤੁਸੀਂ ਸੀਡਜ਼ ਮੰਗਾਓ ਇਸ ਦਾ ਸੁਪਰ ਨੈਪੀਰ ਦਾ ਤੇ ਉਸ ਨੂੰ ਫਰੈਸ਼ ਮੰਗਾਓ ਜਦੋਂ ਤੁਹਾਡੇ ਕੋਲ ਪਹੁੰਚਦਾ ਜਾਵੇ ਤਾਂ ਤੁਸੀਂ ਫੌਰਨ ਤੋਂ ਪਹਿਲੇ ਉਸ ਨੂੰ ਇੱਕ ਐਸੀ ਜਗ੍ਹਾ ਸਾਇਆਦਾਰ ਜਗ੍ਹਾ ਹੋ ਜਾਵੇ ਉਹਦੇ ਥੱਲੇ ਵੱਤਰ ਵਾਲੀ ਜਗ੍ਹਾ ਹੋ ਜਾਵੇ ਗਿੱਲੀ ਟਾਈਪ ਜਗ੍ਹਾ ਜਿਸ ਤਰ੍ਹਾਂ ਹੁੰਦੀ ਹੈ ਉਸ ਤਰ੍ਹਾਂ ਦੀ ਹੋ ਜਾਵੇ ਉਸ ਜਗ੍ਹਾ ਦੇ ਵਿੱਚ ਤੁਸੀਂ ਇੱਕ ਢੇਰ ਲਾ ਦਿਓ ਬਿਲਕੁਲ ਉੱਤੇ ਢੇਰ ਵੀ ਨਹੀਂ ਥੋੜਾ ਜਿਹਾ ਫੈਲਾ ਕੇ ਕਿਉਂਕਿ ਉੱਤੇ ਢੇਰ ਲਾਣ ਨਾਲ ਵੀ ਨੁਕਸਾਨ ਹੋਸੀ ਉੱਤੇ ਡੇਰ ਲਾਉਣ ਨਾਲ ਨੁਕਸਾਨ ਹੀ ਹੋਸੀ ਮਕਸਦ ਗੱਲ ਕਰੰਦਾ ਇਹ ਹੈ ਕਿ ਸੁਪਰ ਨੈਪੀਅਰ ਜਿਹੜਾ ਹੈ ਸੁਪਰ ਨੈਪੀਅਰ ਨੂੰ ਤੁਸੀਂ ਜਦੋਂ ਇਹ ਗੁੱਲ ਕੜ ਸੀ ਗਿਆ ਉਹਗਾ ਸੀ ਜਰਮੀਨੇਸ਼ਨ ਦੀ ਉੱਥੇ ਹੀ ਹੋਣ ਲੱਗ ਪੋਸੀ ਜਿਹੜੀ ਜਗ੍ਹਾ ਤੇ ਤੁਸੀਂ ਇਸ ਦਾ ਬੀਜ ਰੱਖਣਾ ਹੈ ਤੇ ਜਦੋਂ ਜਰਮੀਨੇਸ਼ਨ ਹੋ ਜਾਸੀ ਉਸ ਤੋਂ ਬਾਅਦ ਤੁਸੀਂ ਉਸ ਬੀਜ ਨੂੰ ਲਾ ਸਕਦੇ ਹੋ ਕਿਉਂਕਿ ਡੇਰ ਲਾਓਗੇ ਤਾਂ ਜਰਮੀਨੇਸ਼ਨ ਦੇ ਵਿੱਚੋਂ ਕੁਝ ਬੀਜ ਉੱਤੇ ਹੀ ਠਾ ਕੇ ਉਹ ਜਿਹੜੇ ਗੁੱਲ ਹਨ ਟੁੱਟ ਜਾਂਸਨ ਲੇਕਿਨ 100% ਰਿਜ਼ਲਟ ਲੈਣ ਵਾਸਤੇ ਤੁਸੀਂ ਇਹ ਹੀ ਕਰ ਸਕਦੇ ਹੋ ਕਿ ਇਸ ਨੂੰ ਵੱਤਰ ਵਾਲੀ ਜਗ੍ਹਾ ਤੇ ਤੁਸੀਂ ਰੱਖੋ ਵੱਤਰ ਵਾਲੀ ਜਗ੍ਹਾ ਤੇ ਉੱਤੇ ਇੱਕ ਪੁਰਾਣੀ ਬੋਰੀ ਰੱਖਣੀ ਲਾਜ਼ਮੀ ਹੈ ਇਸ ਨੂੰ ਕੱਜ ਦਿਓ ਤੇ ਉੱਤੇ ਕਾਫੀ ਸਾਰਾ ਪਾਣੀ ਜਿਹੜਾ ਇਸ ਦੇ ਡੋਲ ਦਿਓ ਬੋਰੀ ਗਿੱਲੀ ਹੋ ਜਾਸੀ ਇਹ ਗਿੱਲਾ ਰਾਸੀ ਅਗਰ 3 ਤੋਂ 4 ਦਿਨ 4 ਦਿਨ ਇਹ ਵੱਤਰ ਦੇ ਵਿੱਚ ਪਿਆ ਰਿਹਾ ਤੇ ਇਹ ਫੋਟ ਕੱਢ ਜਾਸੀ ਜਦੋਂ ਇਹ ਫੋਟ ਕੱਢ ਜਾਸੀ ਇਥੇ ਫਿਰ ਤੁਸੀਂ ਇਸ ਤਰਤੀਬ ਨਾਲ ਹੀ ਲਾ ਲੈਸੋ ਇਸ ਤਰਤੀਬ ਨਾਲ ਲਾਓ ਪਹਿਲੇ ਪਾਣੀ ਲਾ ਕੇ ਲਾ ਸਕਦੇ ਹੋ ਪਲੇਨ ਜ਼ਮੀਨ ਚ ਵੀ ਲਾ ਸਕਦੇ ਹੋ ਹੁਣ ਤੁਹਾਨੂੰ ਅਸੀਂ ਦੂਜੀ ਗੱਲ ਦੱਸ ਦਈਏ ਕਿ ਫਸਲਾ ਕਿੰਨਾ ਰੱਖਣਾ ਹੈ ਇੱਕ ਏਕੜ ਦੇ ਵਿੱਚ ਲੋਕ ਮختلف ਕਿਸਮ ਦੀਆਂ ਕਲਮਾਂ ਲਾ ਰਹੇ ਨੂੰ ਅਗਰ ਤੁਸੀਂ ਇੱਕ ਦੋ ਗੰਠ درمیان ਚੋ ਕੱਟ ਕੇ ਸਿੰਗਲ ਸਿੰਗਲ ਗੰਠਾਂ ਲਈ ਲਾ ਰਹੇ ਹੋ ਤੇ ਫਿਰ 1 ਫੁੱਟ ਦੇ ਫਾਸਲੇ ਤੇ ਵੀ ਬੜੀ ਹੈ ਅਗਰ ਦੋ ਗੰਠਾਂ ਲਈ ਲਾ ਰਹੇ ਹੋ ਤਾਂ ਫਿਰ ਥੋੜੀ ਤਰਤੀ ਵੀ ਹੋਣੀ ਤਾਂ ਉਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਕਿ 2 ਫੁੱਟ ਦੇ ਫਾਸਲੇ ਤੇ ਕਲਮ ਨੂੰ 1.5 ਤੋਂ 2 ਫੁੱਟ ਦੇ ਫਾਸਲੇ ਤੇ ਲਾਓ ਕਿਉਂਕਿ ਸ਼ੁਰੂ ਵਿੱਚ ਤਾਂ ਉਸ ਦੇ ਵਿੱਚ ਫਾਸਲਾ ਤੁਹਾਣਾ ਨਜ਼ਰ ਆ ਸੀ ਜਦੋਂ ਇਹ ਬੂਟਾ ਬਣਾਉਂਦਾ ਤੇ 17 17 ਬੂਟੇ ਇਸ ਦੇ ਹੋ ਜਾਂਦੇ ਨੇ ਜਦੋਂ ਤੇ 17 ਤੋਂ ਵੀ ਵੱਧ ਵਹਿੰਦੇ ਨੇ 50 50 ਵੀ ਹੋਵੈਂਦਾ ਤੇ ਫਾਇਦਾ ਇਹ ਹੁੰਦਾ ਕਿ ਜਿਹੜਾ ਸੈਡਾਂ ਤੋਂ ਇਸ ਜਗ੍ਹਾ ਘਿਰਨੀ ਹੈ ਬੂਟੇ ਬਣਾਣੇ ਤੇ ਫਿਰ ਉਹ ਇੱਕ ਦੂਜੇ ਕਲਮ ਤੋਂ ਫਾਸਲਾ ਜਿਹੜਾ ਹੈ ਉਹ ਅਗਰ ਫਾਸਲਾ ਹੋਸੀ ਤਾਂ ਉਹਦਾ ਹੀ ਫਾਇਦਾ ਹੋਸੀ ਦੋਸਤੋ ਇਸ ਦੀ ਖਾਦ ਦੇ ਬਾਰੇ ਵਿੱਚ ਕੀ ਤਰੀਕਾ ਕਰ ਖਾਦ ਦੇਣ ਦਾ ਤਰੀਕਾ ਕਰ ਇਹ ਹੈ ਕੋਸ਼ਿਸ਼ ਕਰੋ ਕਿ ਤੁਸੀਂ ਗੋਬਰ ਤੁਹਾਡਾ ਜਿਹੜਾ ਹੈ ਉਹ ਇਹਦੇ ਖੇਤਾਂ 'ਚ ਫੈਲਾ ਦਿਓ ਜ਼ਮੀਨ 'ਚ ਤੇ ਉਹ ਸਭ ਤੋਂ ਬਿਹਤਰ ਹੈ ਖਾਦ ਔਰ ਇਸ ਨੂੰ ਪਾਣੀ ਤੁਸੀਂ 10 ਦਿਨ ਬਾਅਦ ਅਗਰ ਇੱਕ ਵਾਰੀ ਲਾ ਦਿਓ ਤੇ ਬਹੁਤ ਹੀ ਬਿਹਤਰੀਨ ਹੈ ਦੂਏ ਨੰਬਰ ਤੇ ਗੱਲ ਲੋਕ ਪੁੱਛਦੇ ਪਿਆਨ ਕਿ ਚਾਰਾ ਸਾਲ ਚੋ ਕਟਾਈਆਂ ਕਿੰਨੀਆਂ ਦੇਗਾ ਔਰ ਉਸਦੇ ਨਾਲ ਨਾਲ ਇਹ ਕਿਤਨਾ ਅਰਸਾ ਰਹੇਗਾ ਇਹ ਤੁਹਾਡੀ ਆਪਣੀ ਮौज ਦੀ ਗੱਲ ਹੈ ਇਨਸ਼ਾ ਅੱਲਾ ਇਨਸ਼ਾ ਅੱਲਾ ਅਗਰ ਤੁਸੀਂ ਇਹਦੀ ਹਿਫਾਜ਼ਤ ਕਰੋ ਇਸਦੇ ਮਤਵੱਤਰ ਹਿਫਾਜ਼ਤ ਪਾਣੀ ਇਹਨੂੰ ਦਿੰਦੇ ਰਹੋ ਇਸਨੂੰ ਖਾਦ ਵਗੈਰਾ ਦਿੰਦੇ ਰਹੋ ਤੇ 10 ਤੋਂ 15 ਸਾਲ ਤੱਕ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਬਣੇਗੀ ਹੋ ਸਕਦਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ 15 ਸਾਲ ਤੋਂ ਵੀ ਉੱਤੇ ਲੈ ਕੇ ਚਲੇ ਜਾਓ ਦੋਸਤੋ ਲੋਕ ਕਹਿੰਦੇ ਇਹਦੀ ਕਲਮ ਮਹਿੰਗੀ ਆ ਇਹ ਇਸਦੇ ਖਰਚਾਜਤ ਬੋਝ ਦਨ ਇਸ ਨੂੰ ਕਟਿੰਗ ਕਰਾਉਣ ਵਾਸਤੇ ਫਿਰ ਬੋਰੇ ਖਰੀਦ ਕੇ ਉਹਨਾਂ ਚ ਪੈਕਿੰਗ ਕਰਾਣੀ ਫਿਰ ਜਨਾਬ ਪੈਕਿੰਗ ਕਰਾ ਕੇ ਇੱਕ ਦਿਹਾੜਾ ਤੋਂ ਸ਼ਹਿਰ ਵਿੱਚ ਲੈਵਣੀ ਲੋਡਰ ਤੇ ਲੋਡਰ ਤੇ ਉੱਥੇ ਲਿਜਾ ਕੇ ਫਿਰ ਉਸ ਤੋਂ ਅੱਗਾ ਤੁਹਾਡੇ ਤੱਕ ਪਹੁੰਚਾਉਣੀ ਏਸੀ ਟਾਈਮਾਂ ਤੇ ਰੱਖੇ ਜਾਂ ਜਿਸ ਤਰ੍ਹਾਂ ਵੀ ਉਹ ਵੀ ਕਾਫੀ ਖਰਚੇ ਨੇ ਔਰ ਨੋ ਨੋ ਉਹਨਾਂ ਦੇ ਨਖਰੇ ਆ ਇਹਨੂੰ ਦੋਸਤੋ ਕੋਈ ਮਹਿੰਗੀ ਚੀਜ਼ ਨਹੀਂ ਹੈ ਇੱਕ ਵਾਰੀ ਬਸ ਤੁਸੀਂ ਇਨਵੈਸਟ ਕਰਨੀ ਹੈ ਤੇ ਇਨਸ਼ਾਅੱਲਾ ਤੁਸੀਂ ਖੁਦ ਵੇਖ ਸਕਦੇ ਹੋ ਕਿ ਅਗਰ ਅੱਜ ਪਾਕਿਸਤਾਨ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਤੇ ਇਹ ਬੜੇ ਟ੍ਰੈਂਡ ਵਿੱਚ ਜਾਸੀ ਕੰਮ ਔਰ ਇਸਦੇ ਲੱਖਾਂ ਰੁਪਏ ਲੋਕ ਕਮਾ ਰਹੇ ਹਨ ਅਲਹਮਦੁਲਿਲਾ ਮੇਰਾ ਇੱਕ ਦੋਸਤ ਨੇ ਜਿਹੜਾ ਇਸ ਦਾ ਕੰਮ ਕਰ ਰਿਹਾ ਹੈ ਉਸਨੇ ਕਾਫੀ ਪੈਸਾ ਕਮਾਇਆ ਹੈ ਤੇ ਬਹੁਤ ਬਿਹਤਰੀਨ ਦੋਸਤੋ ਅਗਰ ਤੁਸੀਂ ਇੱਕ ਕਲਮ ਲੈਣਾ ਚਾਹੁੰਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਸਾਡਾ ਬਾ ਇਤਮਾਦ ਇਨਸ਼ਾਅੱਲਾ ਤੁਹਾਡੇ ਤੱਕ ਕਲਮ ਪਹੁੰਚਾਈ ਵੈਸੀ ਲੇਕਿਨ ਤੁਸੀਂ ਪੇਮੈਂਟ ਫਰਸਟ ਦੇਸ ਹੋ ਗਏ ਕੋਈ ਫਰਾਡ ਕੋਈ ਧੋਖਾ ਇਨਸ਼ਾਅੱਲਾ ਨਾ ਹੋ ਸੀ ਗਿਆ ਕਿਉਂਕਿ ਤੁਸੀਂ ਸਾਡੇ ਚੈਨਲ ਤੇ ਅਗਰ ਪਹਿਲੇ ਤੋਂ ਮੌਜੂਦ ਹੋ ਤਾਂ ਸਾਨੂੰ ਜਾਣਦੇ ਹੋ ਇਨਸ਼ਾਅੱਲਾ ਇਸ ਦਾ ਕੰਮ ਇਹ ਹੋਸੀ ਕਿ ਤੁਸੀਂ ਜਦੋਂ ਵੀ ਕਲਮ ਤੁਹਾਨੂੰ ਚਾਹੀਦੀ ਚਾਰ ਤੋਂ ਪੰਜ ਦਿਨਾਂ ਦਾ ਤੁਹਾਨੂੰ ਟਾਈਮ ਦੇਣਾ ਪਊਸੀ ਹੋ ਸਕਦਾ 2 ਦਿਨ ਬਾਅਦ ਪਹੁੰਚ ਜਾਵੇ 1 ਦਿਨ ਬਾਅਦ ਪਹੁੰਚ ਜਾਵੇ ਜਾਂ 4 ਦਿਨ ਬਾਅਦ ਪਹੁੰਚੇ ਉਸ ਤੋਂ ਬਾਅਦ ਤੁਹਾਡੇ ਕੋਲੇ ਕਲਮ ਪਹੁੰਚ ਜਾਸੀ ਤੇ ਫਿਰ ਤੁਸੀਂ ਆਰਾਮ ਸਕੂਨ ਨਾਲ ਜ਼ਮੀਨ ਬਣਾ ਲੈਸੋ ਕੋਈ ਮਸਲਾ ਨਹੀਂ ਜਦੋਂ ਤੁਹਾਡੇ ਕੋਲ ਪਹੁੰਚਦੀ ਤੁਸੀਂ ਉਸ ਨੂੰ ਇੱਕ ਜਗ੍ਹਾ ਤੇ ਵਤਰ ਵਾਲੀ ਜਗ੍ਹਾ ਤੇ ਰੱਖ ਕੇ ਉੱਤੇ ਕੋਈ ਬੋਰਾ ਜਿਹੜਾ ਹੈ ਉਹ ਦੇ ਦੇਣਾ ਤਾਂ ਕਿ ਉਸ ਦੀ ਫੋਟ ਕੱਟ ਜਾਵੇ ਦੋਸਤੋ ਬਹੁਤ ਹੀ ਖੂਬਸੂਰਤ ਇਸ ਦਾ ਕਦ ਬਿਹਤਰੀਨ ਚਾਰ ਤੋਂ ਪੰਜ ਕਟਾਈਆਂ ਤੁਸੀਂ ਸਾਲ ਵਿੱਚ ਲੈ ਸਕਦੇ ਹੋ ਸਾਲ ਦੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਤੇ ਬੜੇ ਸ਼ੌਕ ਨਾਲ ਖਾਂਦੇ ਨੇ ਜਾਨਵਰ ਮੇਰੀ ਵੀਡੀਓ ਪਹਿਲੇ ਮੌਜੂਦ ਹੈ ਤੁਸੀਂ ਵੇਖ ਸਕਦੇ ਹੋ ਚੈਨਲ ਤੇ ਦੇਸੀ ਲੈ ਦੇਸੀ ਫੰਟ ਤੇ ਕਿ ਕਿਸ ਤਰ੍ਹਾਂ ਜਾਨਵਰਾਂ ਨੇ ਪਾਇਦਾ ਤੇ ਦੋਸਤੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੋਂ ਤੁਸੀਂ ਕਾਫੀ ਸਬਕ ਹਾਸਲ ਕੀਤਾ ਹੋਸੀ ਤੇ ਜਿੰਨਾ ਹੋ ਸਕੇ ਜਲਦ ਜਲ ਸੁਪਰ ਨੈਪੀਅਰ ਗਰਾਸ ਜਿਹੜਾ ਹੈ ਕੁਝ ਲੋਕ ਗ੍ਰਾਸ ਕੇ ਅੰਦਰ ਕੁਝ ਲੋਕ ਲੇਕਨ THAILAND ਤੋਂ ਇੰਪੋਰਟ ਕੀਤਾ ਗਿਆ ਇਹ ਮਿਕਸਚਰ ਹੈ ਇਹ ਤਕਰੀਬਨ ਮੱਕੀ ਬਾਜਰਾ ਜਵਾਰ ਗੰਨਾ ਇਹਨਾਂ ਚੀਜ਼ਾਂ ਦਾ ਮਿਕਸਚਰ ਹੈ ਤੇ ਇਹ ਤੁਸੀਂ ਜਲਦ ਜਲਦ ਆਪਣੇ ਜਿਹੜਾ ਤੁਹਾਡਾ ਖੇਤ ਹੈ ਫਾਰਮ ਉੱਤੇ ਵਜਲਾਓ ਥੋੜਾ ਜਿਹਾ ਲਾ ਲਓ ਦੋ ਕਨਾਲ ਇੱਕ ਇੱਕ ਏਕੜ ਲਾ ਲਓ ਜਿੰਨਾ ਵੀ ਤੁਸੀਂ ਲਾ ਸਕਦੇ ਹੋ ਤੇ ਇਨਸ਼ਾਅੱਲਾ ਫਾਇਦਾ ਹੀ ਹੋਸੀ ਫਾਇਦੇ ਵਾਲੀ ਚੀਜ਼ ਹੈ ਤੇ ਜਿੰਨੇ ਵੀ ਅੱਜਕੱਲ੍ਹ ਲੋਕ ਸੇਲ ਕਰ ਰਹੇ ਹਨ ਏ ਯਾਦ ਰੱਖਣਾ ਕੰਜ ਕਾਸ਼ ਵਾਲਾ ਨਹੀਂ ਲੈਣਾ ਲੋਕ ਧੋਖੇ ਵਿੱਚ ਦੇ ਦਿੰਦੇ ਨੇ ਲੋਕ ਇਸੇ ਸੀਓ5 ਸੁਪਰ ਨੈਪਰ ਦਾ ਨਾਮ ਦੇਖ ਕੇ ਹੋਰ ਤੁਹਾਨੂੰ ਬਹੁਤ ਕੁਝ ਦੇ ਦੇਂਦੇ ਨੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵੇਖ ਕੇ ਮਜ਼ਾ ਆਇਆ ਹੋਸੀ ਤੇ ਹੁਣ ਦਿਓ ਇਜਾਜ਼ਤ ਆਪਣੇ ਦੋਸਤ ਆਰ ਜੇ ਮਾਵੀ ਨੂੰ ਅੱਲਾਹ ਹਾਫਿਜ਼